ਇਹਨਾਂ ਨੇ ਇੱਥੇ ਮੋਗੇ ਜ਼ਿਲ੍ਹੇ ਵਿੱਚ ਕੁਛ ਮੀਟਿੰਗਸ ਕੀਤੀਆਂ ਹੈਗੀਆਂ ਜਿਹਦੇ ਬਾਰੇ ਸੰਬੰਧਿਤ ਜਿਹੜੇ ARO ਨੇ SDM ਮੋਗਾ ਇਹਨਾਂ ਨੇ ਨੋਟਿਸ ਕੱਢਿਆ ਹੈਗਾ ਕਿ ਇਹਨਾਂ ਨੇ ਪਰਮਿਸ਼ਨ ਲਿੱਤੇ ਬਗੈਰ ਸਾਨੂੰ ਇਨਫੋਰਮ ਕੀਤੇ ਬਗੈਰ ਇਹ ਰੈਲੀ ਕੀਤੀ ਹੈ ਜਾਂ ਪ੍ਰੋਗਰਾਮ ਕੀਤਾ ਹੈ। ਸੋ ਇਹਦੇ ਵਿੱਚ ਉਮੀਦਵਾਰ ਨੇ ਇਨਫੋਰਮ ਕਰਨਾ ਹੁੰਦਾ ਹੈ ਤਾਂ ਕਿ ਉੱਥੇ ਜਿਹੜੀ ਵੀ ਮੀਟਿੰਗ ਜਾਂ ਜਿਹੜੀ ਵੀ ਰੈਲੀ ਕੀਤੀ ਹੋਏ ਉਹਨੂੰ ਕਵਰ ਕਰਕੇ ਉਹਦੇ ਵਿੱਚ ਜੋ ਖਰਚਾ ਹੈ ਉਹ ਖਰਚੇ ਦਾ ਜਿਹੜਾ ਇੱਕ ਜਾਇਜ਼ਾ ਲਿੱਤਾ ਜਾ ਸਕੇ। ਸੋ ਉਹਨਾਂ ਨੂੰ ਨੋਟਿਸ ਕੱਢਿਆ ਗਿਆ ਹੈਗਾ ਵੀ ਇੱਕ ਤਾਂ ਤੁਸੀਂ ਬਗੈਰ ਪਰਮਿਸ਼ਨ ਦੇ ਕੀਤਾ ਹੈਗਾ, ਸੋ ਬਗੈਰ ਪਰਮਿਸ਼ਨ ਦੇ ਕੀਤਾ ਉਹਦਾ ਕਾਰਨ ਦੱਸਿਆ ਜਾਵੇ, ਔਰ ਦੂਸਰਾ ਕਿ ਇਹ ਜਿਹੜਾ ਖਰਚਾ ਕੀਤਾ ਹੈਗਾ ਕਿੰਨਾ ਖਰਚਾ ਹੋਇਆ, ਕਿੰਨਾ ਖਰਚਾ ਬੁੱਕ ਕੀਤਾ ਹੈ ਉਹਦੀ ਸਾਰੀ ਤਫਸੀਲ ਦਿੱਤੀ ਜਾਵੇ। ਇਹ ਡਰੋਲੀ ਪਾਈ ਵਿਖੇ ਦੱਸਿਆ ਜਾਵੇ। ਇਹ ਦੱਸਣ ਮੁਤਾਬਕ ਤਾਂ ਇਹਨਾਂ ਨੇ ਚਾਰ ਦੱਸਿਆ ਹੈਗਾ ਜੋ ਸਾਡੀ ਇਨਫੋਰਮੇਸ਼ਨ ਆਈ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ। ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 9563 9563 'ਤੇ।